ਸਤਿ ਸ਼੍ਰੀ ਅਕਾਲ ਜੀ, ਤੁਸੀਂ ਵੇਖ ਰਹੇ ਹੋ ਅੱਜ ਦੀ ਆਵਾਜ਼ ਤੇ ਤਸਵੀਰਾਂ ਲੁਧਿਆਣਾ ਤੋਂ ਸਾਹਮਣੇ ਆਈਆਂ ਨੇ ਜਿੱਥੇ ਭਿਆਨਕ ਅਗਨੀਕਾਂਡ ਦਾ ਤਾਂਡਵ ਵੇਖਣ ਨੂੰ ਮਿਲਿਆ ਹੈ। ਦਰਅਸਲ ਲੁਧਿਆਣਾ ਦੇ ਪੁਰਾਣੀ ਕਚਹਿਰੀ ਦੇ ਨੇੜੇ ਗਣੇਸ਼ ਹੋਜ਼ਰੀ ਦੇ ਵਿੱਚ ਭਿਆਨਕ ਅੱਗ ਲੱਗੀ ਹੈ। ਮੌਕੇ ਉੱਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਵੀ ਪਹੁੰਚ ਚੁੱਕੀਆਂ ਨੇ ਜੋ ਕਿ ਅੱਗ ਦੇ ਉੱਤੇ ਕਾਬੂ ਪਾਉਣ ਦੀਆਂ ਲਗਾਤਾਰ ਕੋਸ਼ਿਸ਼ਾਂ ਕਰ ਰਹੀਆਂ ਨੇ। ਤਸਵੀਰਾਂ ਵਿੱਚ ਸਾਫ਼ ਤੌਰ ਦੇ ਉੱਤੇ ਵੇਖਿਆ ਜਾ ਸਕਦਾ ਹੈ ਕਿ ਅਗਨੀਕਾਂਡ ਕਿੰਨਾ ਭਿਆਨਕ ਹੈ। ਲਗਾਤਾਰ ਹੀ ਫਾਇਰ ਬ੍ਰਿਗੇਡ ਦੀਆਂ ਟੀਮਾਂ ਦੇ ਵੱਲੋਂ ਅੱਗ ਦੇ ਉੱਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦਮਕਲ ਵਿਭਾਗ ਦੇ ਕਰਮਚਾਰੀਆਂ ਦਾ ਕਹਿਣਾ ਹੈ ਕਿ ਉਹਨਾਂ ਦੇ ਵੱਲੋਂ 100 ਤੋਂ ਜੋ ਹੈ 80% ਤੱਕ ਅੱਗ ਦੇ ਉੱਤੇ ਕਾਬੂ ਪਾ ਲਿਆ ਗਿਆ ਹੈ ਅਤੇ 10-20% ਅੱਗ ਅਜੇ ਵੀ ਅੰਦਰ ਲੱਗੀ ਹੋਈ ਹੈ ਜਿਸ ਦੇ ਉੱਤੇ ਉਹ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਲਗਾਤਾਰ ਕਰ ਰਹੇ ਨੇ। ਜ਼ਿਕਰਯੋਗ ਹੈ ਕਿ ਤਸਵੀਰਾਂ ਸਾਫ਼ ਤੌਰ ਦੇ ਉੱਤੇ ਜ਼ਾਹਰ ਕਰ ਰਹੀਆਂ ਨੇ ਕਿ ਅਗਨੀਕਾਂਡ ਕਿੰਨਾ ਭਿਆਨਕ ਹੋਵੇਗਾ। ਦਮਕਲ ਵਿਭਾਗ ਦੇ ਅਧਿਕਾਰੀਆਂ ਦਾ ਇਹ ਵੀ ਕਹਿਣਾ ਹੈ ਕਿ ਉਹਨਾਂ ਦੇ ਵੱਲੋਂ 4 ਵਿਅਕਤੀਆਂ ਨੂੰ ਹੁਣ ਤੱਕ ਬਾਹਰ ਕੱਢਿਆ ਜਾ ਚੁੱਕਾ ਹੈ, ਜਦਕਿ ਜੋ ਹੋਰ ਕਰਮਚਾਰੀ ਨੇ ਉਹਨਾਂ ਦਾ ਕਹਿਣਾ ਹੈ ਕਿ ਹੋ ਸਕਦਾ ਹੈ ਕਿ ਅੰਦਰ 1-2 ਵਿਅਕਤੀ ਹੋਰ ਹੋਣ, ਪਰ ਅਜੇ ਤੱਕ ਉਹਨਾਂ ਨੂੰ ਬਾਹਰ ਨਹੀਂ ਕੱਢਿਆ ਗਿਆ ਹੈ। ਧੂੰਏ ਦੇ ਆ ਜਿਹੜੇ ਗੁਬਾਰ ਤੁਸੀਂ ਵੇਖ ਰਹੇ ਹੋ ਇਹ ਲੁਧਿਆਣਾ ਤੋਂ ਸਾਹਮਣੇ ਆਏ ਨੇ ਜਿੱਥੇ ਪੁਰਾਣੀ ਕਚਹਿਰੀ ਦੇ ਨੇੜੇ ਗਣੇਸ਼ ਹੋਜ਼ਰੀ ਨੂੰ ਜੋ ਹੈ ਉਹ ਅੱਗ ਨੇ ਆਪਣਾ ਨਿਸ਼ਾਨਾ ਬਣਾਇਆ ਹੈ। ਅੱਗ ਦਾ ਤਾਂਡਵ ਇੱਥੇ ਵੇਖਣ ਨੂੰ ਮਿਲਿਆ ਹੈ। ਮੌਕੇ ਦੇ ਉੱਤੇ ਦਮਕਲ ਵਿਭਾਗ ਦੀਆਂ ਬੇਸ਼ੱਕ ਗੱਡੀਆਂ ਪਹੁੰਚ ਚੁੱਕੀਆਂ ਹੋਣ, ਪਰ ਦੱਸਿਆ ਜਾ ਰਿਹਾ ਹੈ ਕਿ ਲੱਖਾਂ ਦਾ ਨੁਕਸਾਨ ਹੋ ਗਿਆ ਹੈ। ਆਓ ਇੱਕ ਵਾਰ ਫਿਰ ਤੋਂ ਤੁਹਾਨੂੰ ਇਹ ਤਸਵੀਰਾਂ ਦਿਖਾ ਦਿੰਦੇ ਹਾਂ। ਦਰਅਸਲ ਇਹ ਤਸਵੀਰਾਂ ਲੁਧਿਆਣਾ ਦੀਆਂ ਨੇ ਜਿੱਥੇ ਗਣੇਸ਼ ਹੋਜ਼ਰੀ ਦੇ ਵਿੱਚ ਇਹ ਭਿਆਨਕ ਅਗਨੀਕਾਂਡ ਦਾ ਤਾਂਡਵ ਵੇਖਣ ਨੂੰ ਮਿਲਿਆ ਹੈ। ਇਸ ਭਿਆਨਕ ਅੱਗ ਨੇ ਜੋ ਹੈ ਉਹ ਰੂਪ ਧਾਰਨ ਕੀਤਾ ਹੈ, ਲੱਖਾਂ ਦਾ ਨੁਕਸਾਨ ਹੋ ਗਿਆ ਹੈ ਅਤੇ ਅਜੇ ਤੱਕ ਵੀ ਦਮਕਲ ਵਿਭਾਗ ਦੀਆਂ ਗੱਡੀਆਂ ਅੱਗ ਦੇ ਉੱਤੇ ਕਾਬੂ ਪਾਉਣ ਦੀਆਂ ਲਗਾਤਾਰ ਕੋਸ਼ਿਸ਼ਾਂ ਕਰ ਰਹੀਆਂ ਨੇ। ਗੱਡੀਆਂ ਢੀਲਾ ਹੋ ਰਿਹਾ, ਤੁਹਾਡੇ ਸਾਹਮਣੇ ਦੇਖ ਰਹੇ ਹੋ। ਸਾਡੇ ਬੰਦਿਆਂ ਨੇ ਦੇਖਿਆ ਆਪਣਾ ਫੈਕਟਰੀ ਦੇ, ਤੇ ਉਹ ਕੋਠੇ ਤੇ ਲੰਚ ਲੁੰਚ ਗਏ ਸੀਗੇ, ਉਹਨਾਂ ਨੇ ਦੇਖਿਆ ਤੇ ਉਹਨਾਂ ਨੇ ਦੱਸਿਆ ਵੀ ਇਹਨਾਂ ਨੂੰ ਵੀ ਇਹ ਧੂੰਆਂ ਨਿਕਲ ਰਿਹਾ। ਫਿਰ ਹੜਬੜਾ ਵੱਟ ਪੈ ਗਈ, ਫਾਇਰ ਬ੍ਰਿਗੇਡ ਦੀ ਵੇਟ ਕੀਤੀ 10-15 ਮਿੰਟ ਫੋਨ ਕੀਤੇ। ਫਿਰ ਇੱਧਰੋਂ ਕੋਈ ਮੁੰਡਾ ਜਾ ਰਿਹਾ ਸੀਗਾ, ਮੈਂ ਉਹਨੂੰ ਕਿਹਾ ਵੀ ਜਾ ਕੇ ਮਾਤਾ ਰਾਣੀ ਮੰਦਿਰ ਵੀ ਜਲਦੀ ਲਿਆ ਜਾ ਕੇ, ਮੋਟਰਸਾਈਕਲ 'ਤੇ ਮੁੰਡਾ ਗਿਆ ਆਪਣੇ ਬੰਦੇ ਨਾਲ ਉਹ ਲੈ ਕੇ ਆਇਆ। ਹਾਂਜੀ, ਅਤੇ ਮਤਲਬ ਮੇਰੇ ਜਦ ਮੈਂ ਆਇਆ ਕਹਿ ਰਹੇ ਸੀਗੇ ਵੀ 10 ਮਿੰਟ ਹੋ ਗਏ ਸੀ ਫੋਨ ਕਰਦੇ ਨੂੰ। ਅੱਛਾ, ਮੈਨੂੰ ਇੱਕ ਗੱਲ ਦੱਸੋ, ਇੱਕ 15-20 ਦੇ ਨੇੜੇ ਤੇੜੇ ਦੀ ਸਵਾਲ ਕਰੀ ਇਹ ਭਾਅ ਜੀ ਗਣੇਸ਼ ਟ੍ਰੇਡਿੰਗ ਕੰਪਨੀ ਕੱਪੜੇ ਦੀ ਧਾਗੇ ਧੁੱਗੇ ਦੀ ਬੰਦੇ ਕੱਢ ਲਏ ਸੀ ਬਾਹਰ ਬਾਹਰ ਆ ਗਏ ਬਾਹਰ ਦੂਜੀ ਮੰਜ਼ਿਲ ਨਹੀਂ ਆ।